ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਰਦੇ ਹਾਂ ਵੀਡੀਓ ਦੀ ਸ਼ੁਰੂਆਤ। ਫਿਰ ਅਤੇ ਚੱਲੇ ਸੀ ਪੱਠੇ ਲੈਣ, ਅਤੇ ਉਦੋਂ ਪਹਿਲਾਂ ਮੈਂ ਕਿਹਾ ਬੱਤਕਾਂ ਦਾ ਸੀਨ ਦਿਖਾ ਦਈਏ। ਅਤੇ ਨਹਾਉਣ ਨੂੰ ਇਹ ਬਹੁਤ ਜ਼ਿਆਦਾ ਮੰਨਦੀਆਂ, ਜਾਣੀ ਆਪਾਂ ਕਹਿ ਸਕਦੇ ਵੀ ਆਪਦੀ ਸਾਫ਼ ਸਫਾਈ ਨੂੰ। ਅਤੇ ਪਾਣੀ ਥੋੜ੍ਹਾ ਜਿਹਾ ਖੁੱਲ੍ਹਾ ਚਾਹੀਦਾ ਇਹਨਾਂ ਨੂੰ। ਅਤੇ ਪਾਣੀ ਪਿਆ ਸੀ ਬਾਲਟੀ 'ਚ, ਅਤੇ ਦੇਖ ਸਕਦੇ ਹਾਂ ਜਿਵੇਂ ਠੰਡ ਹੈਗੀ ਆ, ਅਤੇ ਫਿਰ ਵੀ ਪੂਰਾ ਜ਼ੋਰ ਲੱਗਿਆ ਹੋਇਆ ਇਹਨਾਂ ਦਾ ਨਹਾਉਣ ਨੂੰ। ਅਤੇ ਚੁੰਝ ਦੇ ਨਾਲ ਕਿੱਦਾਂ ਪਾਣੀ ਪਾ ਰਹੇ ਆ ਸਾਰੇ ਸਰੀਰ 'ਤੇ, ਦੇਖ ਸਕਦੇ ਹਾਂ ਪੂਰੇ ਬਾਹ ਲਾਈ ਹੋਈ ਆਪਾਂ, ਜਿਵੇਂ ਕਹਿ ਦਿੰਦੇ ਵੀ ਜ਼ੋਰ ਲੱਗਿਆ ਹੋਇਆ ਪੂਰਾ ਵਾਰੋ ਵਾਰੀ ਦੋਨਾਂ ਨੂੰ। ਅਤੇ ਧੁੱਪ ਨਿਕਲਦੀ ਨਹੀਂ ਗੀ, ਅਤੇ ਜਦੋਂ ਧੁੱਪ ਨਿਕਲਦੀ ਹੈ ਫਿਰ ਪੂਰੇ ਕੰਬ ਜਿਹੜੇ ਇਹਨਾਂ ਦੇ ਚਮਕਣ ਲੱਗ ਜਾਂਦੇ ਆ। ਅਤੇ ਹੁਣ ਦੇਖਣ ਨੂੰ ਆਏ ਪੀੜਕੀ ਜੀ ਮਾਰਦੇ ਆ, ਅਤੇ ਚੱਲਦੇ ਆ ਫਿਰ ਪੱਠੇ ਲੈਣ। ਦੇਖ ਸਕਦੇ ਹਾਂ ਸਰ੍ਹੋਂ ਦੇ ਫੁੱਲਾਂ ਦਾ ਨਜ਼ਾਰਾ, ਜਿਹੜਾ ਬਰਸੀਨ ਦੇ ਵਿੱਚ ਇਸ ਟਾਈਮ ਪੂਰਾ ਖਿੜੇ ਹੋਏ ਆ ਫੁੱਲ ਆ ਜਿਹੜੇ, ਅਤੇ ਵੱਖਰਾ ਹੀ ਆ ਇਹਦਾ ਸੀਨ। ਸੋਹਣੇ ਲੱਗਦੇ ਆ ਫੁੱਲ ਖੇਤਾਂ 'ਚ ਜੋ ਆਪਾਂ ਦੂਰੋਂ ਦੇਖਦੇ ਹਾਂ ਜਾਂ ਉੱਚੀ ਜਗ੍ਹਾ ਤੋਂ ਦੇਖਦੇ ਹਾਂ, ਅਤੇ ਇਹਨਾਂ ਦਾ ਨਜ਼ਾਰਾ ਵੱਖਰਾ ਹੀ ਹੁੰਦਾ ਦੇਖਣ ਨੂੰ। ਅਤੇ ਬਾਕੀ ਜਿਹੜੀ ਹਵਾ ਚੱਲਦੀ ਆ ਅਤੇ ਪੂਰਾ ਸੀਨ ਇਹਦਾ ਤਕੜਾ ਹੋ ਜਾਂਦਾ।
ਅੱਗੇ ਚਲੋ ਤੁਰ ਕੇ ਲਾਉਣੇ ਬੂਟੇ ਬਸ ਆਹ